ਅਮੀਰ ਅਲ ਮੋਮਿਨੀਨ ਹੋ ਤੋ ਜੋ ਹੈ ਬਈ ਸਾਰੇ ਸਾਹਿਬਾਨ ਦੀ, ਅਗਰ 14 ਦੇ 14 ਅਮੀਰ ਅਲ ਮੋਮਿਨੀਨ ਹੋ, ਮੌਲਤੁਨ ਅਮੀਰ ਅਲ ਮੋਮਿਨੀਨ ਸਦਾ ਸਰਕਾਰ ਫਰਮਾਇੰਦੇ ਨਹੀਂ ਹੱਥ ਜੋੜ ਕੇ ਆਖਿਆ ਮੌਲਾ ਮੈਂ ਆਖਿਆ ਤੁਸਾਂ ਬਾਦਸ਼ਾਹ ਹੋ, ਤੁਸਾਂ ਅਮੀਰ ਅਲ ਮੋਮਿਨੀਨ ਹੋ, ਤੁਸਾਂ ਫਰਮਾਇਆ 14 ਦੇ 14 ਅਮੀਰ ਅਲ ਮੋਮਿਨੀਨ ਆ, ਉਸ ਕਨਾਤ ਦੀ 8ਵੀਂ ਉੱਚੇ ਦੇ ਚਿਹਰੇ ਤੋਂ ਜਲਾਲ ਆਇਆ ਅਬ ਸੱਲਤ ਅਲ ਪਸ ਵੇਖ ਕੇ ਆਦਨ 14 ਦੇ 14 ਅਮੀਰ ਅਲ ਮੋਮਿਨੀਨ ਹਾਂ, ਲੇਕਿਨ ਅਮੀਰ ਅਲ ਮੋਮਿਨੀਨ ਅਲ ਲਕਬ ਫਕਤ ਮੇਰੇ ਦਾਦੇ ਅਲੀ ਨੇ ਅਬੀ ਤਾਲਿਬ ਦਾ ਲਕਬ। ਸੁਭਾਨ ਅੱਲਾ, 14 ਦੇ 14 ਅਮੀਰ ਅਲ ਮੋਮਿਨੀਨ ਹਾਂ, ਲੇਕਿਨ ਅਮੀਰ ਅਲ ਮੋਮਿਨੀਨ ਅਲ ਲਕਬ ਫਕਤ ਮੇਰੇ ਦਾਦੇ ਅਲੀ ਉਬਨੇ ਅਬੀ ਤਾਲਿਬ ਦਾ ਲਕਬ ਹੈ। ਜੇ ਅਲੀ ਦੀ ਇਤਨੀ ਇੱਜ਼ਤ ਆਈ, ਪੁੱਤਰ ਦਾ ਕਫਨ ਕੋਈ ਨਹੀਂ, ਧੀ ਦੀ ਚਾਦਰ ਕੋਈ ਨਹੀਂ। ਬਲੋ ਵੇ ਚੱਲ ਆਪਣੇ ਇੱਕ ਦੁੱਖ ਛਾਏ ਤੇ ਵੈਣ ਨਾ ਕਰੋ, ਪੁੱਤਰ ਦਾ ਕਫਨ ਕੋਈ ਨਹੀਂ, ਧੀ ਦੀ ਚਾਦਰ ਕੋਈ ਨਹੀਂ। ਮੈਂ ਪਹਿਲੇ ਇੰਤਜ਼ਾਰ ਨਹੀਂ ਕਰਵਾਈ, ਮਜ਼ੀਦ ਇੱਕ ਲੰਮਾ ਗਾਇਆ ਕੀਤੇ ਬਗੈਰ 2-17 ਮਾਤਮ ਵਾਲੀਆਂ ਸੁਣੋ। ਅਜ਼ਾਦਾਰਾਂ ਨੇ ਮਜ਼ਲੂਮ ਮੈਂ ਕਰਬਲ, ਅੱਜ 18 ਜੇਠ, ਅੱਜ ਹਿਦਾ ਮੁਹਰਮ, ਅੱਜ ਅਜ਼ਾਦਾਰ ਨੂੰ ਜ਼ਾਕਿਰ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ। ਅੱਜ ਤੂੰ ਗਲੀਆਂ ਟੁਰਦਾ ਵਧਾ, ਉਵੇਂ ਪਤਾ ਲੱਗੇ ਜੋ ਹੁਸੈਨ ਦਾ ਅਜ਼ਾਦਾਰ ਹੈ। ਅਜ਼ਾਦਾਰਾਂ ਨੇ ਮਜ਼ਲੂਮ ਬਿਸਮਿਲ੍ਲਾ ਕਰਾਂ, ਔਰ ਜਿਹੜੇ ਟਾਈਮ ਵਿੱਚ ਮੈਂ ਖੜਾ ਪੜਦਾ, ਹੁਸੈਨ ਦਾ ਅਕਬਰ ਲਹਿ ਗਿਆ ਹੈ, ਹੁਸੈਨ ਦਾ ਕਾਸਮ ਲਹਿ ਗਿਆ ਹੈ, ਹੁਸੈਨ ਦੇ ਆਉਣ ਮੁਹੰਮਦ ਲਹਿ ਗਏ। ਜਿਹੜਾ ਬੰਦਾ ਅਮੀਰ ਬਣ ਕੇ ਆ ਉਹਦੇ ਵਾਸਤੇ ਮੈਂ ਹਾਜ਼ਰ ਹੀ ਨਹੀਂ ਹੋਇਆ, ਜਿਹੜਾ ਗਰੀਬਾਂ ਦੀ ਗੁਰਬਤ 'ਤੇ ਗਰੀਬ ਬਣ ਕੇ ਆਇਆ ਉਹਦੇ ਵਾਸਤੇ ਅਜ਼ਾਦਾਰਾਂ ਨੇ ਮਗਲੋਂ ਮੈਂ ਕਰਬਲਾ, ਜਿਹਦੇ 'ਤੇ ਮਾਣ ਆਏ ਉਹਦੇ ਬਾਜ਼ੂ ਕਲਮ ਹੋਵੇ। ਔਰ ਅਜ਼ਾਦਾਰਾਂ ਨੇ ਮਗਲੋਂ ਮੈਂ ਕਰਬਲਾ, ਜਿੱਥ ਮਜਲਿਸ ਹੁੰਦੀ ਹੈ ਨਾ, ਸ਼ਾਮਿਲ ਖਤਮ ਹੋ ਸੀ, ਕੋਈ ਆਪਣੇ ਘਰ ਕਿੱਥੋਂ ਹੀ ਟੁਰ ਵੇ ਸੀ, ਕੋਈ ਆਪਣੇ ਘਰ ਕਿੱਥੋਂ ਹੀ ਟੁਰ ਵੇ ਸੀ। ਜਿਹੜੀ ਬੱਕੀਏ 'ਚ ਆਉਂਦੀ ਹੈ, ਵੱਤ ਬੱਕੀਏ ਨਹੀਂ ਵਹਿੰਦੀ, ਕਰਬਲਾ ਵਹਿੰਦੀ ਹੈ, ਪੁੱਤਰ ਦੀ ਕਬਰ 'ਤੇ ਯਾਤਰਾ ਕਿਆ ਦੀ ਹੈ, ਕਬਰ 'ਚੋਂ ਬਾਹਰਾ ਮਾ ਜ਼ਖਮਾਂ ਦਾ ਇਲਾਜ ਕਹਿੰਦਾ ਹੈ। ਔਰ ਫਿਰ ਸਾਰੇ ਜ਼ਖਮ ਪੁਨਵਾ ਲਾ ਲਿਓ, ਅਕਬਰ ਦੇ ਬਾਬੇ ਦੇ ਠੀਕ ਹੋਵੇ ਸਨ, ਉਹ ਜਿਡੂ ਜ਼ਖਮ ਨਾ ਠੀਕ ਹੋ ਸਨ, ਬੀਬੀ ਆਦੀ ਲਾਲ ਸਾਰੇ ਜ਼ਖਮ ਠੀਕ ਹੋ ਗਏ ਨੀ, ਇਹ ਦੋ ਕਿਹੜੇ ਕਿਹੜੇ ਜ਼ਖਮ ਹੈ ਨੀ, ਅਮੀਰ ਬੰਦਾ ਜਿਹਦੀ ਹਾਏ ਨਹੀਂ ਨਿਕਲਣੇ। ਕਰਬਲਾ ਦਾ ਗਰੀਬ ਮਾਂ ਦੀ ਗੱਲ 'ਚ ਮੈਂ ਪਾ ਕੇ ਆਦਨ, ਪਹਿਲਾ ਜ਼ਖਮ ਹੈ ਅਕਬਰ ਦੀ ਬਰਛੀ ਦਾ, ਬੀਬੀ ਆਦੀ ਲਾਲ ਦੁਆ ਕਿਹੜਾ ਜ਼ਖਮ ਹੈ, ਮਾਂ ਦੀ ਗੱਲ 'ਚ ਕਰਬਲਾ ਦਾ ਗਰੀਬ ਮੈਂ ਪਾ ਕੇ ਆਦਨ, ਮਾਂ ਜਿਹੜਾ ਦੁਆ ਜ਼ਖਮ ਹੈ ਜਿਹੜੀ ਤੁਹਾਡੇ ਜਨਾਹ ਦੇ ਨਾਲ ਔਖੀ ਗਈ ਆ, ਉਹ ਸ਼ਾਮ ਵਿੱਚ ਪੁਰਦੀ ਰਹੀ ਹੈ। ਔਰ ਇਤਨਾ ਵੱਡਾ ਮਜ਼ਲੂਮ ਹੈ ਮੇਰਾ ਮੌਲਾ, ਇਤਨਾ ਵੱਡਾ ਮਜ਼ਲੂਮ ਹੈ ਮੇਰਾ ਮੌਲਾ, ਜਿਹਦੀ ਮਾਂ ਹਲੇ ਵੀ ਪੁੱਤਰ ਦੇ ਜ਼ਖਮਾਂ ਦਾ ਇਲਾਜ ਗੁਲੇਂਦੀ ਵਧੀ ਹੈ। ਪਰ ਉਹ ਸਵਾਲ ਅਸਾਂ ਰਜ਼ਾ ਇਲਾਜ ਕਿਵੇਂ ਗੁਲੇਂਦੀ ਵਧੀ ਹੈ, ਮਾਂ ਕੋ ਪਤਾ ਲੱਗੇ ਨਾ ਪੁਨਵਾਲ ਮਜਲਿਸ ਹੈ, ਮਾਂ ਇੱਥਾ ਵਹਿੰਦੀ ਹੈ, ਮਾਂ ਕੋ ਪਤਾ ਲੱਗੇ ਸਿਆਲਕੋਟ ਮਜਲਿਸ ਹੈ, ਮਾਂ ਉੱਥ ਵਹਿੰਦੀ ਹੈ, ਪਤਾ ਲੱਗੇ ਲਾਹੌਰ ਮਜਲਿਸ ਹੈ, ਮਾਂ ਉੱਥ ਵਹਿੰਦੀ ਹੈ। ਜਦੋਂ ਅਜ਼ਾਦਾਰ ਰੋਂਦਾ ਨਾ, ਵਤ ਅੱਖਾਂ ਦੇ ਸਾਹਮਣੇ ਰੁਮਾਲ ਕਰਕੇ ਆਦੀ ਹੈ, ਖਾਲੀ ਨਾ ਵਲਾਵੇਂ ਅੱਗੇ ਉਮਾਂ ਦੀ ਖਾਲੀ ਬੱਲੀ। ਮਰਹਬਾ ਮਰਹਬਾ ਮਰਹਬਾ, ਮੌਲਾ ਜ਼ਿੰਦਗੀ ਦਰਾਜ਼ ਫਰਮਾਨੇ, ਐਡੀ ਗਰਮੀ 'ਚ ਤੁਹਾਡਾ ਬਹਿਰਾਣਾ ਵੀ ਅਜ਼ੀਮ ਇਬਾਦਤ ਹੈ, ਲੇਕਿਨ ਤੁਸੀਂ ਆਏ ਸ਼ਾਮਿਲ ਹੋ ਗਏ ਹੋ, ਤੁਸੀਂ ਮਾਤਮ ਵਿੱਚ ਸ਼ਾਮਿਲ ਹੋ ਗਏ ਹੋ। ਇੱਕ ਗੱਲ ਕਰੇਂਦਾ ਮਜਲਿਸ ਸਦਾ ਦੀ, ਇੱਕ ਹੋਰ ਅਹਿਮੀਅਤ ਦੱਸੇਂਦਾ, ਉਹਦੇ ਬਾਅਦ ਇੱਕ ਮਾਤਮ ਲਵੈਣ, ਕੂਫਾ 'ਚ ਇੱਕ ਮੋਮਨਾ ਮਾਈ ਆਈ,
ਅਜ਼ਦਰਾਂ ਨੇ ਮਜ਼ਲੂਮ ਕਰਬਲਾ ਜਿਹੜੀ ਲੱਤਾਂ ਤੋਂ ਮਾਜ਼ੂਰ ਆਈ, ਜਿਹੜੀ ਹਰ ਮਖਸੂਸੀ ਕਰਵਾਵੇ ਆ, ਮਜ਼ਲੂਮ ਦਾ ਅਸ਼ਰਾ ਕਰਵਾਵੇ, ਲੇਡੀਜ਼ ਮਜਲਿਸ ਕਰਵਾਉਂਦੀ ਆਈ, ਜ਼ਨਾਨਾ ਮਜਲਿਸ ਕਰਵਾਉਂਦੀ ਆਈ, ਮੁਹੱਰਮ ਤੋਂ ਪਹਿਲੇ ਇਹਦੀ ਕਨੀਜ਼ ਆਈ ਜਿਹੜੀ ਇਹਦੇ ਘਰ ਸਾਰੇ ਕੰਮ ਕਰਵਾਉਂਦੀ ਆਈ, ਜਿਹੜੀ ਦਰੀਆਂ ਵਿਛਾਉਂਦੀ ਆਈ, ਜਿਹੜੀ ਲੰਗਰ ਪਕਾਉਂਦੀ ਆਈ, ਜਿਹੜੀਆਂ ਜ਼ਾਕਰਾਂ ਵੇ ਨਾ ਉਹਨਾਂ ਦੀ ਖਿਦਮਤ ਕਰਵਾਉਂਦੀ ਆਈ, ਮੁਹੱਰਮ ਤੋਂ ਪਹਿਲੇ ਇਹਦੀ ਕਨੀਜ਼ ਮਰ ਗਈ ਹੈ। ਇਹਦੀ ਕਨੀਜ਼ ਮਰੀਏ ਜਦੋਂ ਮੁਹੱਰਮ ਦਾ ਚੰਨ ਚੜਿਆ ਹੈ, ਉਹਦੇ ਲਈ ਖਿਆਲ ਕੀਤਾ, ਉਹ ਆਖਾਂ ਮੇਰੀ ਕੰਮ ਕਾਰ ਕਰਨ ਵਾਲੀ ਤਾਂ ਹੈ ਕੋਈ ਨਾ, ਲਿਹਾਜ਼ਾ ਮਜਲਿਸ ਨਹੀਂ ਕਰੇਂਦੀ। ਬਾਵਜੂਦ ਦਿਲ ਲਈ ਖਿਆਲ ਕੀਤਾ ਮਜਲਿਸ ਤਰ ਕਰ ਛੋੜਾਂ, ਇਹਦੇ ਮੁਹੱਰਮ ਦਾ ਚੰਨ ਚੜਾ ਇਹਦੇ ਦਰਵਾਜ਼ੇ 'ਤੇ ਦਸਤਕ ਹੋਈਏ, ਮੋਮਨਾ ਮਾਈਆ ਦੇ ਕੌਣ ਹੈ, ਹੌਲੇ ਹੌਲੇ ਵਹਿਣ ਆਇਆ, ਮੈਂ ਤਾਂ ਰੋਵਣ ਆਈ ਹਾਂ, ਹੌਲੇ ਹੌਲੇ ਵਹਿਣ ਆਇਆ, ਮੈਂ ਤਾਂ ਰੋਵਣ ਆਈ ਹਾਂ। ਅੱਖ ਜੀ ਮੇਰੇ ਘਰ ਮਜਲਿਸ ਹੈ ਕੋਈ ਨਾ, ਵੀ ਆਖਿਆ ਕਿ ਹਰ ਸਾਲ ਹੁੰਦੀ ਆਈ, ਹਰ ਮਖਸੂਸੀ ਆਉਂਦੀ ਆਈ। ਉਹ ਆਖੇ ਜੀ ਮੇਰੀ ਇੱਕ ਕਨੀਜ਼ ਆਈ ਜਿਹੜੀ ਮਰ ਗਈ ਹੈ। ਬੀਬੀ ਆਖੇ ਉਹ ਕਨੀਜ਼ ਦੇ ਮਰਨ ਦੇ ਨਾਲ ਤਾਂ ਮਜਲਿਸ ਤਰਕ ਕਿਉਂ ਕੀਤੀ ਹੈ? ਉਹ ਆਖੇ ਜੀ ਕਨੀਜ਼ ਸਾਰੇ ਕੰਮ ਕਰੇਂਦੀ ਆਈ। ਵੀ ਆਖੇ ਕਿਆ ਕੰਮ ਕਰੇਂਦੀ ਆਈ? ਉਹ ਆਖੇ ਦਰੀਆਂ ਵਿਛਾਉਂਦੀ ਆਈ, ਉਹ ਲੰਗਰ ਪਕਾਉਂਦੀ ਆਈ, ਉਹ ਸਾਹਿਬਾਨ ਲੈਂਦੀ ਆਈ। ਅਮੀਰ ਹੈ ਬੰਦਾ ਜਿਹਦੀ ਹਾਏ ਨਹੀਂ ਨਿਕਲਣੀ, ਉਸੇ ਲਈ ਪਾਸੇ ਤੋਂ ਹੱਚ ਆ ਕੇ ਆ ਦੀਏ, ਜੇ ਇਹ ਕੰਮ ਮੈਂ ਆਪ ਕਰ ਲਵਾਂ। ਮਰਹਬਾ ਮਰਹਬਾ ਬਲੋ ਬਲੋਵੇ ਬਲੋਵੇ ਬਲੋਵੇ, ਜੇ ਇਹ ਕੰਮ ਮੈਂ ਆਪ ਕਰ ਲਵਾਂ। 10 ਦਿਨ ਮਜ਼ਲੂਮ ਕਰਬਲਾ ਦੀ ਸਫੀਅਦਾ ਵਿੱਚ ਹੀ ਰਹੀ, ਚਚ ਪੁੱਤਰਾਂ ਦੀ ਜ਼ਿੰਦਗੀ ਉਹਨੇ 10 ਦਿਨ ਹਸਨ ਬਿਰਾ ਸਫੀਅਦਾ ਵਿੱਚ ਹੀ ਰਹੀ। ਜਦਾਂ ਯਾਰਾ ਮੁਹੱਰਮ ਹੋਈਏ, ਨਬੀ ਦੀ ਧੀ ਪਿੱਛਾਂ ਤਾਂ ਟੁਰਨ ਲੱਗੇ, ਉਹ ਹੱਥ ਜੋੜਨ, ਉਹ ਆਖੇ ਮੈਂ ਮਜਲਿਸ ਅੱਗੇ ਵੀ ਕਰੇਂਦੀ ਆਮੀ, ਲੇਕਿਨ ਇਹ ਦਫ਼ਾ ਜਿਤਨੀ ਮਜਲਿਸ ਵਿੱਚ ਰੂਹਾਨੀਅਤ ਆਈ ਪਹਿਲੇ ਕੋਈ ਨਾ ਆਉਂਦੀ। ਹੱਥ ਜੋੜ ਕੇ ਆਦੀ ਏ, ਮੈਂ ਉੱਠ ਸਕਦੀ ਹਾਂ, ਮੈਂ ਉੱਠਾਂ, ਮੈਂ ਤੇਰੇ ਕਦਮਾਂ ਜਾਣ ਪਵਾਂ, ਮੈਂ ਪੁੱਛ ਸਕਦੀ ਹਾਂ ਤੂੰ ਕੌਣ ਹੈ। ਅਜ਼ਾਦਾਰਾਂ ਨੇ ਮਜ਼ਲੂਮ ਕਰਬਲਾ ਵਹਿਣ ਕਰਕੇ ਆਦੀ ਏ, ਮੈਂ ਮੁਹੰਮਦ ਦੀ ਜ਼ਖਮੀ ਧੀ ਹਾਂ, ਜਦੋਂ ਤਾਈਂ ਮਜਲਿਸ ਤਰਕ ਕੀਤੀ ਏ, ਸ਼ਾਮ ਵਿੱਚ ਮੇਰੀ ਧੀ ਦੇ ਵਾਲ ਖੁੱਲ ਗਏ, ਬਕੀਏ ਮੇਰੇ ਕੋਲ ਆਈਏ, ਮੇਰਾ ਮੋਢਾ ਹਿਲਾ ਕੇ ਆਦੀਏ, ਮਜਲਿਸ ਨਾ ਹੋਈ ਮੋਮਨਾਂ ਨੂੰ ਕਿਵੇਂ ਪਤਾ ਲੱਗ ਸੀ, ਉਹ ਹੁਸੈਨ ਭਜਦੇ ਘੋੜੇ ਤੋਂ ਕਿਵੇਂ ਲਾਏ। ਮਰਹਬਾ 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 ਉਹਨਾਂ ਸਲਵਾ ਦੋ ਹੁਸੈਨ ਦੇ, ਮਜਲਿਸ ਨਾ ਹੋਈ ਮੋਮਨਾਂ ਨੂੰ ਕਿਵੇਂ ਪਤਾ ਲੱਗ ਸੀ, ਮੇਰਾ ਹੁਸੈਨ ਭਜਦੇ ਘੋੜੇ ਤੋਂ ਕਿਵੇਂ ਲੱਥਾ। ਸਾਰੀ ਅਜ਼ਾਦਾਰ ਦੀ ਹਾਏ ਨਿਕਲ ਗਈ, ਥਾਈ ਮਾਤਮ ਲਵੈਣ ਕਰੇਂਦਾ। ਅੱਜ ਦੇ ਦਿਨ ਕਰਬਲਾ ਅਲੀ ਦੀਆਂ ਪੁੱਤਰਾਂ ਦਾ ਬਹੁਤ ਨੁਕਸਾਨ ਹੋਇਆ ਹੈ, ਅਲੀ ਦੀਆਂ ਪੁੱਤਰਾਂ ਦਾ ਬੱਲੋ ਵੇ ਹਾਏ ਕਰਕੇ ਰੋਵਣ ਵਾਲੇ ਅਜ਼ਾਦਾਰ, ਅਲੀ ਦੀਆਂ ਪੁੱਤਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਲੇਕਿਨ ਪੁਨਵਾਲ ਕਦੀਮੀ ਅਜ਼ਾਦਾਰ ਇਸ ਇਲਾਕੇ ਦੇ ਗਿਰਦੋ ਨਵਾਹ ਦਾ ਮਜਮਾ, ਅਲੀ ਦੇ ਪੁੱਤਰਾਂ ਨਾਲੋਂ ਅਲੀ ਦੀਆਂ ਧੀਆਂ ਦਾ ਢੇਰ ਨੁਕਸਾਨ ਹੋਇਆ। ਅਸਾਂ ਮਿੱਟੀ 'ਤੇ ਬਹਿ ਕੇ ਕਿਉਂ ਵਧੇ ਰੋਂਦੇ ਹਾਂ, ਅਲੀ ਦੀਆਂ ਧੀਆਂ 'ਚੋਂ ਫਿਰ ਜਿਹਦਾ ਢੇਰ ਨੁਕਸਾਨ ਹੈ, ਉਹ ਲਾਹੌਰ ਦੀ ਮਲਕਾ ਹੈ। ਬੀਬੀ ਦੀ ਮੈਂ ਪਹਿਲੀ ਇਨਫਰਾਦੀਅਤ ਦੱਸਾਵਾਂ, ਅਜ਼ਾਦਾਰ ਦੇ ਜਿਗਰ 'ਚੋਂ ਬੇਵਸਾ ਹਾਏ ਨਿਕਲ ਸੀ, ਇਹ ਬੀਬੀ ਦੀ ਪਹਿਲੀ ਇਨਫਰਾਦੀਅਤ ਹੈ। ਹਲੇ ਅਲੀ ਦੀਆਂ ਬਈਆਂ ਧੀਆਂ ਵਸਦੀਆਂ ਪਈਆਂ ਹਨ, ਜਾਂ ਅੱਬਾਸ ਦੀ ਬਹਿਣ ਨੂੰ ਲੁੱਟ ਪੈ ਗਈ ਹੈ, ਔਰ ਫਿਰ ਜਿਹਦਾ ਹੁਸੈਨ ਦੇ ਮਿਸ਼ਨ 'ਤੇ ਢੇਰ ਖਰਚਾ ਹੈ, ਉਹ ਅੱਬਾਸ ਦੀ ਬਹਿਣ ਰੁਕਈ ਹੈ। ਬੀਬੀ ਦਾ ਖਰਚਾ ਗਣਵੇ ਸਾਂ, ਫਿਰ ਨਿੱਕੀ ਔਲਾਦ ਵਾਲੇ ਅਜ਼ਾਦਾਰ ਦੀ ਬੇਵਸਾ ਹਾਏ ਨਿਕਲ ਸੀ, ਇਹ ਉਹ ਬੀਬੀ ਏ ਬਾਬਾ ਜੀ ਜੈ ਹੁਸੈਨ ਦੇ ਮਿਸ਼ਨ 'ਤੇ ਆਪਣੇ 6 ਪੁੱਤਰ ਕੁਰਬਾਨ ਕੀਤੇ।
ਇਹ ਬੀਬੀ ਹੈ ਜੈ ਸ਼ਬੀਰ ਦੇ ਮਿਸ਼ਨ ਤੇ ਛੇ ਪੁੱਤਰ ਕੁਰਬਾਨ ਕੀਤੇ, ਹੁਣ ਹੋਰ ਕੋਈ ਆਏ ਕਰੇ ਨਾ ਕਰੇ ਹੁੰਦੀ ਆਪਣੀ ਮਰਜ਼ੀ ਦੀ ਗੱਲ ਹੈ, ਜਿਨ੍ਹਾਂ ਦੇ ਘਰਾਂ ਤੇ ਅਬਲ ਫਜ਼ਲ ਅਬਾਸ ਦਾ ਅਲਮ ਲੱਗੋ ਹੈ, ਤੁਹਾਡੇ ਵੰਡੇ ਦੀ ਸਤਰ ਹੈ। ਉਹ ਬੀਬੀ ਹੈ ਜੈ ਹੁਸੈਨ ਦੇ ਮਿਸ਼ਨ ਤੇ ਛੇ ਪੁੱਤਰ ਕੁਰਬਾਨ ਕੀਤੇ, ਇਹ ਉਹ ਬੀਬੀ ਹੈ ਜੈ ਹੁਸੈਨ ਦੇ ਮਿਸ਼ਨ ਤੇ ਚਾਰ ਭਰਾ ਭਰਾਈ ਅਬਾਸ ਜੈ। ਵਾਹ 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 ਵਾਹ, ਬਿਸਮਿਲ੍ਲਾ ਕਰਾਂ, ਜੈ ਛੇ ਪੁੱਤਰ ਕੁਰਬਾਨ ਕੀਤੇ, ਜੈ ਚਾਰ ਭਰਾ ਕੀਤੇ, ਜੈ ਮੁਸਲਿਮ ਜੀ ਵਾਰਿਸ ਕੁਰਬਾਨ ਕੀਤਾ, ਜੈ ਸਿਰ ਦੀ ਚਾਦਰ ਦਿੱਤੀ, ਜੈ ਸਿਰ ਦੀ ਚਾਦਰ ਦਿੱਤੀ। ਤੁਸਾਂ ਮੇਰੇ ਵਾਲੇ ਪਾਸੇ ਦੇਖਣਾ, ਜਿਹੜਾ ਬੰਦਾ ਧੀਆਂ ਵਾਲਾ ਬੈਠਾ ਨਾ, ਅਗਲੀ ਸਤਰ 'ਤੇ ਉਹ ਸਰਚ ਆਵੇ। ਉਹ ਬੀਬੀ ਏ ਜੈ ਛੇ ਪੁੱਤਰ ਦਿੱਤੇ, ਜੈ ਚਾਰ ਭਰਾ ਦਿੱਤੇ, ਜੈ ਮੁਸਲਿਮ ਜੀ ਵਾਰਿਸ ਦਿੱਤਾ, ਜੈ ਸਿਰ ਦੀ ਚਾਦਰ ਦਿੱਤੀ, ਅਸਾਂ ਮਿੱਟੀ 'ਤੇ ਬਹਿ ਕੇ ਕਿਉਂ ਵਧੇ ਰਹਿੰਦੇ ਹਾਂ। ਉਹ ਬੀਬੀ ਏ ਜੈ ਹੁਸੈਨ ਦੇ ਮਿਸ਼ਨ 'ਤੇ ਪੁੱਤਰ ਨਹੀਂ ਆਪਣੀਆਂ ਦੋ ਧੀਏ ਕੁਰਬਾਨ, ਜੈ ਦੋ ਧੀਆਂ ਕੁਰਬਾਨ ਕੀਤੀਆਂ। ਮੈਂ ਸਾਰੀਆਂ ਸਤਰਾਂ ਛੋੜ ਦਿੱਤੀਆਂ, ਇੱਥੇ ਹੀ ਮਾਤਮ ਲਵੈਣ ਕਰਿੰਦਾ। ਵੱਡੀ ਧੀ ਦਾ ਨਾਂ ਆਤਿਕਾ ਬਿਨਤ ਮੁਸਲਿਮ ਹੈ, ਛੋਟੀ ਧੀ ਦਾ ਨਾਂ ਅਮੀਦਾ ਬਿਨਤ ਮੁਸਲਿਮ ਹੈ। ਅਲੀ ਬਾਈ ਮੌਲਾ ਸਫੇਦਾ ਵਿੱਚ ਹੀ ਕਬੂਲ ਫਰਮਾਵੇ, ਯਕੀਨਨ ਕਬੂਲ ਹੈ, ਇਤਨੀ ਰੂਹਾਨੀਅਤ ਅਲੀ ਮਜਲਿਸ ਹੈ। ਇਹ ਛੋਟੀ ਧੀ ਨੂੰ ਬਾਬੇ ਮੁਸਲਿਮ ਨਾਲ ਇਵੇਂ ਪਿਆਰਾ ਜਿਵੇਂ ਸ਼ਾਮ ਦੀ ਕਹਿਦਣ ਸਕੀਨਾ ਨੂੰ ਪਿਓ ਨਾਲ। 28 ਰਜਬ ਮਜ਼ਲੂਮ ਵਤਨ ਛੋੜਾ, 3 ਸ਼ਬਾਨ ਮੱਕਾ, 2 ਮੁਹਰਮ ਕਰਬਲਾ, 5 ਨੌ ਦਰਿਆ ਦੀ ਮਣ ਤੋਂ ਖੇਮੇ ਪਟੀਜ ਗਏ, 6 ਗੁਜ਼ਰੀ, 7 ਆਈ, ਅਲੀ ਦੀਆਂ ਧੀਆਂ ਦਾ ਪਾਣੀ ਬੰਦ ਹੋ ਗਿਆ। ਜਿਹੜਾ ਬੰਦਾ ਹਾਲੇ ਤਾਈਂ ਵੀ ਹੈਰਾਨ ਹੋ ਕੇ ਮਜਲੇ ਸਦਾ 'ਚ ਬੈਠਾ ਹੈ, ਫਿਰ ਉਹਦੀ ਆਪਣੀ ਮੁਕੱਦਰ ਦੀ ਬਾਤ ਹੈ। ਜਦੋਂ 7 ਨੂੰ ਅਲੀ ਦੀਆਂ ਧੀਆਂ ਦਾ ਪਾਣੀ ਬੰਦ ਹੋਇਆ ਨਾ ਚਾਚਾ ਜੀ, ਉਸ ਵੇਲੇ ਮਤਲਬ ਮੁਸਲਿਮ ਦੀ ਛੋਟੀ ਧੀ ਹੈ ਜੈ ਦੋਵੇਂ ਹੱਥ ਸਰ 'ਤੇ ਰੱਖੇ, ਕਰਬਲਾਏ ਚੋਂ ਕੂਫੇ ਵਾਲੇ ਪਾਸੇ ਮੂੰਹ ਕਰਕੇ ਪਿਆ ਦੀਏ, ਬਾਬਾ ਹੁਣ ਤਾਂ ਲੱਗਾ ਹੁਣ ਪਾਣੀ ਬੰਦ ਹੋ ਗਿਆ, ਮਰਹਬਾ ਮਰਹਬਾ ਮਰਹਬਾ, ਹੁਣ ਤਾਂ ਲੱਗਾ ਆ ਹੁਣ ਪਾਣੀ ਬੰਦ ਹੋ ਗਿਆ। 8 ਗੁਜ਼ਰੀ ਉਲਫਾਮ, 9 ਗੁਜ਼ਰੀ, ਦਮ ਪਈਏ ਦਾਵੀਂ ਦੀ ਰਾਤ, ਜਿਹੜੀ ਅੱਜ ਵਾਲੀ ਰਾਤ ਪਿਛਲੀ ਗੁਜ਼ਾਰੀ ਨੇ, 18 ਜੇਠ ਦੀ ਰਾਤ, ਇਹ ਹੁਸੈਨ ਦੀ ਆਖਰੀ ਰਾਤ ਹੈ, ਹੁਸੈਨ ਦੇ ਬਿਰਾਵਾਂ ਦੀ ਆਖਰੀ ਰਾਤ ਹੈ, ਇਹ ਹੁਸੈਨ ਦੇ ਪੁੱਤਰਾਂ ਦੀ ਆਖਰੀ ਰਾਤ ਹੈ। ਮੈਂ ਸਤਰ ਜਿਹੜੀ ਜਹਾਂ 'ਤੇ ਪੜ੍ਹੀ ਹੈ ਬੜੀ ਮੁਕਾਂਡ ਹੋਈ ਹੈ, ਹੁਸੈਨ ਦੀ ਆਖਰੀ ਰਾਤ, ਹੁਸੈਨ ਦੇ ਬਿਰਾਵਾਂ ਦੀ ਆਖਰੀ ਰਾਤ, ਹੁਸੈਨ ਦੇ ਪੁੱਤਰਾਂ ਦੀ ਆਖਰੀ ਰਾਤ, ਨਾਨੇ ਮੁਹੰਮਦ ਦੇ ਸਹਾਬੀਆਂ ਦੀ ਆਖਰੀ ਰਾਤ, ਬਾਬੇ ਅਲੀ ਦੇ ਸਹਾਬੀਆਂ ਦੀ ਆਖਰੀ ਰਾਤ, ਮਿੱਟੀ 'ਚ ਬਹਿ ਕੇ ਕਿਉਂ ਵਧੇ ਰਹਿੰਦੇ ਹਾਂ, ਆਏ ਸਾਰੇ ਕਰੇ ਅਲੀ ਦੀ ਧੀ ਦੇ ਬੁਰਕੇ ਦੀ ਆਖਰੀ ਰਾਤ। ਮਰਹਬਾ ਮਰਹਬਾ, ਮੈਂ ਬਿਸਮਿਲ੍ਲਾ ਕਰਾਂ, ਦਾਵੀਂ ਦੀ ਰਾਤ ਦੰਮੀ ਹੈ, ਤ੍ਰੀਏ ਬਹਿਣਾ ਕੋਲ ਆ ਕੇ ਆਦਿਨ ਹੁਸੈਨ ਸਾਡੇ ਅਕਬਰ ਕੋ ਆਖ ਅਜ਼ਾਨ ਸੁਣਾ, ਅਕਬਰ ਕੋ ਆਖ ਅਜ਼ਾਨ ਸੁਣਾ, ਸੈਯਦ ਆਜਾ ਮੇਰਾ ਸੋਹਣਾ ਬੱਚੜਾ ਅਜ਼ਾਨ ਸੁਣਾ, ਵਿਰਨ ਕਰਬਲਾ ਉਹਦੇ ਮੈਦਾਨ ਵਿੱਚ, ਅਕਬਰ ਆਖੇ ਅੱਲਾਹੁ ਅਕਬਰ ਅੱਲਾਹੁ ਅਕਬਰ, ਅਤੇ ਧੀ ਕੂਫੇ ਵਾਲੇ ਪਾਸੇ ਮੂੰਹ ਕਰਕੇ ਪਿਆ ਦੀ, ਬਾਬਾ ਹੁਣ ਤਾਂ ਲੱਗਾ ਆ ਅਕਬਰ ਆਖਰੀ ਅਜ਼ਾਨ। ਮਰਹਬਾ ਮਰਹਬਾ, ਜਿਹੜੇ ਜਵਾਨ ਬੈਠੇ ਹੋ ਇਹ ਸੱਤਰ ਦੇ ਆਏ ਬੁਲੰਦ ਕਰਨ ਦੇ ਬਾਅਦ ਬੈਣ ਕਰਾਂ, ਜਾਂ ਜਵਾਨ ਪੁੱਤਰਾਂ ਦੇ ਪਿਓ ਬੈਠੇ ਹੋ, ਭਾਈ ਜਾਨ ਦਸਵੀਂ ਦਾ ਦੀ ਚੜਾ, ਹੁਸੈਨ ਬਾਦਸ਼ਾਹ ਨੇ ਔਖੀ ਅਕਬਰ ਦੀ ਲਾਸ਼ ਚਾਹੀਏ। ਬੜਾ ਕੋਈ ਅਮੀਰ ਹੈ ਬੰਦਾ ਜਿਹਦੀ ਸੱਤਰ ਦੇ ਆਏ ਨਹੀਂ ਨਿਕਲਣੀ, ਦਸਵੀਂ ਦੇ ਦੁਪਹਿਰ ਹੁਸੈਨ ਨੇ, ਬਾਬਾ ਜੀ ਬਹੁ ਔਖੀ ਮੇਰੇ ਮੌਲਾ ਨੇ ਅਕਬਰ ਦੀ ਲਾਸ਼ ਚਾਹੀਏ,
ਉਹ ਵੇਲੇ ਧੀ ਇਹੋ ਜਿਹੀ ਅਵੈਣ ਕੀਤਾ ਹੈ ਜੋ ਕਰਬਲਾ ਦੀ ਨਗਰੀ ਹਲ ਗਈ ਹੈ। ਕੂਫੇ ਵਾਲੇ ਪਾਸੇ ਮੂੰਹ ਕਰਕੇ ਪਿਆ ਦੀ ਬਾਬਾ ਮੈਂ ਕੋ ਪਿਛਲਾ ਸਦੀਆ ਮਾਫ਼ ਕਰੇ, ਹੁਣ ਆ ਨਾ ਆ ਤੇਰੀ ਮਰਜ਼ੀ ਦੀ ਗੱਲ ਹੈ, ਨੁਕਸਾਨ ਹੋਵੇ ਆ ਜਿਹੜਾ ਹੋ ਗਿਆ। ਵਾਹ 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 ਵਾਹ, ਛਲ ਆਪਣੇ ਕੇ ਦੁੱਖਾਂ ਜਾਏ ਤੇ ਵੈਣ ਕਰੋ ਮਾਤਮੀਓ। ਅੱਬਾਸ ਦੇ ਬਾਦ ਕਲਮ ਹੋਏ, ਹਸਨ ਦੇ ਯਤੀਮ ਜਿੰਦਾ ਤੇ ਲਾਸ਼ ਤੇ ਘੋੜੇ ਵੱਜ ਗਏ। ਮਜ਼ਲੂਮ ਦੇ ਗੱਲ ਤੇ ਤੇਰਾਂ ਦਰਬਾਂ ਚੱਲ ਗਈਆਂ। ਸ਼ਾਮੇ ਗਰੀਬਾਂ ਸ਼ਿਮਰ ਨੇਦੇ ਦੇ ਨਾਲ ਅਲੀ ਦੀ ਧੀ ਦੀ ਚਾਦਰ ਲਹਾਈ। ਸ਼ਾਮੇ ਗਰੀਬਾਂ ਸ਼ਿਮਰ ਨੇਦੇ ਦੇ ਨਾਲ ਅਲੀ ਦੀ ਧੀ ਦੀ ਚਾਦਰ ਲਹਾਈ। ਯਾਰਾਂ ਮੁਹਰਮ ਹੱਥਾਂ ਦੇਵਰ ਪਏ ਨੇ। ਹਸਨ ਬਾਈ ਜਦ ਹੱਥਾਂ ਦੇਵਰ ਪਏ ਨਾ, ਉਸ ਵੇਲੇ ਦੀ ਉਬਾਲੇ ਕਦਮ ਚਾ ਕੇ ਥੋੜ੍ਹੀ ਮਦਦ ਕਰੇ ਸੋ, ਥੋੜ੍ਹੀ ਆਵਾਜ਼ ਖੁੱਲ੍ਹੇ ਸੋ, ਦਾਦਾਰਾਂ ਤੇ ਇੱਕ ਭੈਣ ਪੁੱਛੇ ਨਾ, ਦੀ ਉਬਾਲੇ ਕਦਮ ਚਾ ਕੇ ਮਾਂ ਦੇ ਕੋਲ ਆਈਏ, ਹੱਥ ਜੋੜ ਕੇ ਆਦੀ ਅੰਮਾ ਇਹਨਾਂ ਸਾਡਾ ਅਕਬਰ ਲਾਹਿਆ, ਅੰਮਾ ਇਹਨਾਂ ਸਾਡਾ ਕਾਸਮ ਲਾਹਿਆ, ਅੰਮਾ ਇਹਨਾਂ ਆਉਣ ਮੁਹੰਮਦ ਲਾਹੇ, ਅੰਮਾ ਸਾਡੇ ਮਾਣ ਮੁੱਕ ਗਏ, ਅੰਮਾ ਚਾਦਰਾਂ ਲੁੱਟੀਆਂ, ਪਹਿਲੇ ਵਹਿਣ ਤਾਂ ਆਏ ਬੁਲੰਦ ਕਰੇ, ਅੰਮਾ ਹੁਣ ਜੋ ਅਕਬਰ ਦੀ ਬਰਾਤ ਦੇ ਦੇਵਰ ਪਵਾਏ ਨੇ। ਅੰਮਾ ਮੈਂ ਪੁੱਛ ਸਕਦੀ ਹਾਂ ਇਹ ਸਾਕੋ ਕਿਤੇ ਕਿਤੇ ਵਹਿੰਦੇ ਨੇ? ਬਾਬਾ ਜੀ ਧੀ ਪੁੱਛਾ ਤੇ ਮਾਂ ਜਵਾਬ ਦਿੱਤਾ, ਬੀਬੀ ਆਦੀ ਕੂਫੇ ਦੀਆ ਦੀ ਅੰਮਾ ਤੇਰੀ ਮਿਹਨਤ ਕਰੇ ਨੀਆ, ਇੰਨਾ ਕੁ ਆਖ ਮੈਂ ਕੋ ਕੂਫੇ ਨਾ ਲੈ ਜਾਵੇ। ਬੀਬੀ ਆਦੀ ਮੇਰਾ ਲਾਲ ਕੂਫੇ ਕਿਉਂ ਨਹੀਂ ਵੰਜਣਾ? ਦੀ ਅੰਮਾ ਕੂਫੇ ਮੇਰਾ ਬਾਬਾ ਰਾਂਦਾ ਹੈ, ਮੈਂ ਬਾਬੇ ਨਾਲ ਨਰਾਜ਼ਾ। ਮਰਹਬਾ ਮਰਹਬਾ ਮਰਹਬਾ, ਜਿੰਦਾ ਹੱਥ ਲਾ ਦੇ ਉਹਦਾ ਹੱਥ ਉੱਠਣਾ ਚਾਹੀਦਾ ਹੈ। ਆਦੀ ਅੰਮਾ ਮੈਂ ਨਰਾਜ਼ ਹਾਂ। ਬੀਬੀ ਆਦੇ ਕਿਉਂ ਨਰਾਜ਼? ਆਦੀ ਅੰਮਾ ਮਾਮੇ ਦੇ ਗੱਲ ਤੇ ਤੇਰਾ ਦਰਬਾਂ ਚਲਾਈਆਂ ਨੇ। ਆਦੀ ਅੰਮਾ ਸ਼ਾਮੇ ਗਰੀਬਾ ਸ਼ਿਮਰਨੇ ਦੇ ਨਾਲ ਚਾਦਰ ਲਾਈ ਹੈ। ਆਦੀ ਅੰਮਾ ਮੈਂ ਨਰਾਜ਼ ਹਾਂ, ਸਿਆਲਕੋਟ ਲਿਓ ਭਾਈ ਜਾਨ ਕਰਬਲਾ ਤੋਂ ਲੈ ਕੇ ਕੂਫਾ ਤਾਈਂ ਆਦੀ ਰਹੀ ਹੈ, ਮੈਂ ਨਰਾਜ਼ ਹਾਂ, ਮੈਂ ਬਾਬੇ ਨਾਲ ਨਹੀਂ ਬੋਲਣਾ। ਮਾਤਮੀਓ ਜਿਹੜੇ ਵੇਲੇ ਕੂਫਾ ਆਇਆ ਰੋਵਨਾ ਲਿਆ ਲਦਾਰੋ, ਉਹ ਚੌਕ ਆਇਆ ਹੈ ਜਿੱਥੇ ਮੁਸਲਿਮ ਦਾ ਸਰ ਸਾਂਗ ਤੇ ਲਟਕਿਆ ਹੋਇਆ। ਉਸ ਵੇਲੇ ਧੀ ਉਬਾਲੇ ਕਦਮ ਚਾ ਕੇ ਪਿਓ ਦੇ ਸਾਂਗ ਦੇ ਥੱਲੇ ਆਈਏ, ਬੀਬੀ ਆਦੀ ਆਈ ਬਾਬਾ ਮੈਂ ਨਰਾਜ਼ ਕੋਈ ਨਾ, ਮਰਹਬਾ ਮਰਹਬਾ ਮਰਹਬਾ। ਮੈਂ ਬਿਸਮਿਲ੍ਲਾ ਕਰਾਂ, ਮੇਰੇ ਹਿੱਸੇ ਦੀ ਮੁਕਾਨ ਹੋ ਗਈ ਹੈ। ਰੋਵਨਾ ਲਿਆ ਦਾਦਾਰੋ ਸਾਂਗਾਂ ਗੁਜ਼ਰਦੀਆਂ ਆਈਆਂ, ਮੁਸਲਿਮ ਸਲਾਮ ਕਰੇਂਦਾ ਆਇਆ, ਮਾਤਮ ਲਵੈਣੇ ਜਿਹਦਾ ਹੱਥ ਲਾ ਦੇ ਉਹਦਾ ਹੱਥ ਉੱਠਣਾ ਚਾਹੀਦਾ ਹੈ। ਆਖਿਰ ਤੇ ਸਜਾ ਦੇ ਸਯਦਾ ਦੇ ਚਾਚਾ ਮੇਰਾ ਸਲਾਮ ਹੋਵੇ, ਰੋ ਰੋ ਕੇ ਆ ਦਿਨ ਕਿਵੇਂ ਗੁਜ਼ਰੀ ਆਈ ਚਾਚਾ ਕੂਫੇ ਵਿੱਚ ਕੋਈ ਆਪਣਾ ਜਿਹੜੀ ਸਮਝੀ ਆਈ ਤੇਰੇ ਸੀਨੇ ਤੇ ਆਉਂਦੀ ਦੇ ਨਾਲ ਲਾਵੇ ਹਾ। ਅਸਲ ਮੁਸਲਿਮ ਦੀ ਸਾਂਗ ਲੀਏ ਰੋ ਰੋ ਕੇ ਆ ਜਾਏ, ਕਿਆ ਸੁਣਾਵਾ ਚਾਨ ਬਚੜਾ ਉਹ ਜਿਹੜਾ ਜ਼ੁਲਮ ਕਮਾਏ ਬਦਕਾਰਾਂ ਨੇ, ਉਹ ਮੇਰੇ ਸਾਹਮਣੇ ਗੱਲ ਵਿੱਚ ਰਸੀਆਂ ਪਾ, ਮੁਸਲਿਮ ਆਦੇ ਕਿਹੜਾ ਰੋ ਰੋ ਕੇ ਆ ਜਾਣ ਤੇ
ਜ਼ਿਲ ਹਜ਼ਾ ਕਾ ਤੀਸਰਾ ਦਵਾਰ ਇਸੀ ਗਾਓ ਬਨਵਾਲ।